ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹ ਹਰ ਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਿੱਖ ਜਗਤ ਦੇ ਮਹਾਨ ਕੀਰਤਨੀਆਂ ਨੇ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜਿਆ। ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀਏ। ਇਹ ਜੋ 550 ਸਾਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸ਼ਤਾਬਦੀ ਆ ਰਹੀ ਹੈ 2019 ਵਿੱਚ, ਉਸੇ ਨੂੰ ਇਹ ਸਮਰਪਿਤ ਗੁਰਸ਼ਬਦ ਪ੍ਰਚਾਰ ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਾਰੰਭ ਹੋਈ। ਅੱਜ ਇਸ ਪਾਵਨ ਸਥਾਨ 'ਤੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਵਾਰਿਓ, ਗੁਰੂ ਨਾਨਕ ਨੇ ਇਸ ਜਗਤ ਨੂੰ ਜਗਾਇਆ, ਇਸੇ ਕਰਕੇ ਕਹਿਣਾ ਪਿਆ ਕਿ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਬ ਸੇ। ਕਾਮਲ ਮਰਦ ਆਏ ਗੁਰੂ ਨਾਨਕ, ਜਿਨ੍ਹਾਂ ਨੇ ਇਸ ਜਗਤ ਨੂੰ ਜਗਾ ਦਿੱਤਾ, ਕਿਉਂਕਿ ਜਗਤ ਸੁੱਤਾ ਹੋਇਆ ਸੀ। ਮਨੁੱਖ ਨੂੰ ਨਹੀਂ ਪਤਾ ਕਿ ਮੇਰਾ ਫਰਜ਼ ਕੀ ਹੈ, ਮਨੁੱਖ ਨੂੰ ਨਹੀਂ ਪਤਾ ਕਿ ਮੈਂ ਕਿਸ ਕਾਰਨ ਇਸ ਸੰਸਾਰ ਵਿੱਚ ਆਇਆ। ਕਮਾਲ ਦੀ ਗੱਲ ਹੈ, ਕੋਈ ਦੁਕਾਨ ਕਰਦਾ, ਉਸਨੂੰ ਇਹ ਪਤਾ ਹੁੰਦਾ ਕਿ ਦੁਕਾਨ ਪਿੱਛੇ ਮੇਰਾ ਮਕਸਦ ਕੀ ਹੈ। ਕੋਈ ਬੰਦਾ ਖੇਤੀ ਕਰਦਾ, ਉਸਨੂੰ ਪਤਾ ਕਿ ਖੇਤੀ ਪਿੱਛੇ ਮੇਰਾ ਮਕਸਦ ਕੀ ਹੈ। ਕੋਈ ਬੰਦਾ ਨੌਕਰੀ ਕਰਦਾ, ਉਸਨੂੰ ਪਤਾ ਨੌਕਰੀ ਪਿੱਛੇ ਮੇਰਾ ਮਕਸਦ ਕੀ ਹੈ। ਪਰ ਬਦਕਿਸਮਤੀ ਕਿ ਮਨੁੱਖ ਸੰਸਾਰ ਵਿੱਚ ਆਇਆ ਅਤੇ ਇੱਥੇ ਆ ਕੇ ਇਹ ਹੀ ਭੁੱਲ ਗਿਆ ਕਿ ਮੇਰਾ ਆਉਣ ਦਾ ਮਕਸਦ ਕੀ ਹੈ, ਮੈਂ ਆਇਆ ਕਿਉਂ ਹਾਂ। ਪੜ੍ਹਦਾ ਤਾਂ ਰੋਜ਼ ਹੀ ਹੈ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇੱਥੇ ਕੇਵਲ ਨਾਮ ਨਾਲ ਸਾਂਝ ਪਾਣੀ ਸੀ, ਪਰ ਮਨੁੱਖ ਇੱਥੇ ਆ ਕੇ ਭੁੱਲ ਗਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਮਨੁੱਖਤਾ ਨੂੰ ਜਗਾਇਆ। ਸੱਚ ਜਾਣਿਓ, ਇੱਕ ਹੁੰਦਾ ਤਨ ਕਰਕੇ ਸੌਂ ਜਾਣਾ, ਇੱਕ ਹੁੰਦਾ ਮਨ ਕਰਕੇ ਸੌਂ ਜਾਣਾ। ਮਨੁੱਖ ਮਨ ਕਰਕੇ ਸੌਂ ਗਿਆ, ਇਸ ਨੂੰ ਨਹੀਂ ਪਤਾ ਕਿ ਮੈਂ ਕਿਉਂ ਆਇਆ ਜਗਤ ਵਿੱਚ।
ਗੁਰੂ ਨਾਨਕ ਨੇ ਜਗਾਇਆ, ਗੁਰੂ ਨਾਨਕ ਨੇ ਇਸ ਜਗਤ ਨੂੰ ਵਿਚਾਰ ਦਿੱਤੀ, ਔਰ ਵਿਚਾਰਾਂ ਦੇ ਨਾਲ ਹੀ ਕਿਸੇ ਦੇ ਵਿਚਾਰਾਂ ਨੂੰ ਬਦਲਿਆ ਜਾ ਸਕਦਾ, ਹੋਰ ਕੋਈ ਢੰਗ ਤਰੀਕਾ ਨਹੀਂ। ਕਿਸੇ ਮਨੁੱਖ ਨੂੰ ਬਦਲਣਾ ਹੋਵੇ ਨਾ, ਉਹਦੀ ਜ਼ਿੰਦਗੀ ਬਦਲਣੀ ਹੈ ਤਾਂ ਉਹਦਾ ਕੋਈ ਮੂੰਹ ਮੁਹਾਂਦਰਾ ਨਹੀਂ ਬਦਲਦਾ, ਉਹਦੇ ਕੋਈ ਨੈਣ ਨਕਸ਼ ਨਹੀਂ ਬਦਲਦੇ, ਫਿਰ ਕੀ ਬਦਲਦਾ? ਉਸ ਦੇ ਵਿਚਾਰ ਬਦਲ ਜਾਂਦੇ ਨੇ। ਜਿਸ ਮਨੁੱਖ ਦੇ ਵਿਚਾਰ ਬਦਲ ਗਏ, ਉਸ ਦਾ ਫਿਰ ਵਿਵਹਾਰ ਬਦਲ ਜਾਂਦਾ, ਉਹਦਾ ਆਚਾਰ ਬਦਲ ਜਾਂਦਾ, ਉਹਦਾ ਕਿਰਦਾਰ ਬਦਲ ਜਾਂਦਾ। ਲੋੜ ਹੈ ਵਿਚਾਰਾਂ ਨੂੰ ਬਦਲਣ ਦੀ। ਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਿਚਾਰ ਬੜੀ ਪ੍ਰਬਲ ਹੈ, ਜਿਸ ਦੇ ਨਾਲ ਮਨੁੱਖਤਾ ਦੀ ਵਿਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ। ਗੁਰੂ ਸਵਾਰਿਓ, ਜਦੋਂ ਸਾਹਿਬ ਜੀ ਦੀ ਅਸੀਂ ਬਾਣੀ ਪੜ੍ਹਦੇ ਹਾਂ ਨਾ, ਅਤੇ ਬਾਣੀ ਨੂੰ ਕਿਤੇ ਵਿਚਾਰ ਕੇ ਪੜ੍ਹਿਆ ਜਾਏ, ਸਮਝ ਆਵੇਗੀ ਕਿ ਗੁਰੂ ਨਾਨਕ ਨੇ ਕੀ ਆਖਿਆ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਜਿਸ ਚੀਜ਼ ਦੀ ਸਾਨੂੰ ਸਮਝ ਨਹੀਂ ਨਾ, ਭਾਵੇਂ ਉਹ ਜਿੰਨੀ ਮਰਜ਼ੀ ਕੀਮਤੀ ਹੋਵੇ, ਜੇ ਸਾਨੂੰ ਸਮਝ ਹੀ ਨਹੀਂ ਤਾਂ ਸਾਡੇ ਵਾਸਤੇ ਉਹ ਕੁਛ ਵੀ ਨਹੀਂ ਹੈ, ਤੁੱਛ ਹੈ। ਪਰ ਜਿਸ ਚੀਜ਼ ਦੀ ਮਨੁੱਖ ਨੂੰ ਸਮਝ ਪੈ ਜਾਂਦੀ ਹੈ, ਉਸ ਚੀਜ਼ ਤੋਂ ਮਨ ਪ੍ਰਭਾਵਿਤ ਹੋ ਜਾਂਦਾ, ਜਿਸ ਚੀਜ਼ ਤੋਂ ਮਨ ਪ੍ਰਭਾਵਿਤ ਹੁੰਦਾ ਫਿਰ ਮਨ ਉਸ ਦੀ ਮੰਗ ਕਰਦਾ, ਪਰ ਮੰਗ ਉਸੇ ਦੀ ਕਰੇਗਾ ਜਿਹਦੇ ਤੋਂ ਪ੍ਰਭਾਵਿਤ ਹੋ ਗਿਆ, ਪ੍ਰਭਾਵਿਤ ਉਹਦੇ ਤੋਂ ਹੋਵੇਗਾ ਜਿਹਦੀ ਸਾਨੂੰ ਸਮਝ ਆ ਗਈ ਹੈ। ਅਜੇ ਤਾਂ ਮੈਂ ਵੇਖਦਾ ਕਿ ਜਗਤ ਨੂੰ ਸੰਸਾਰ ਦੀ ਸਮਝ ਹੈ, ਪਰਿਵਾਰ ਦੀ ਸਮਝ ਹੈ, ਕਦੇ ਕੋਈ ਇਹ ਨਹੀਂ ਆਖਦਾ ਭਾਈ ਜੀ ਵਾਜਾ ਵਜਾਓ ਧੀਆਂ ਪੁੱਤਰਾਂ ਨੂੰ ਚੇਤੇ ਕਰਨਾ, ਕਦੇ ਕੋਈ ਇਹ ਨਹੀਂ ਆਖਦਾ ਤਬਲਾ ਵਜਾਓ ਛੇਣੇ ਖੜਕਾਓ ਮਾਂ ਬਾਪ ਨੂੰ ਯਾਦ ਕਰ ਲਈਏ, ਨਹੀਂ, ਆਪਣੇ ਆਪ ਹੀ ਯਾਦ ਆਉਂਦੇ ਨੇ। ਕਿਉਂ? ਕਿਉਂਕਿ ਸਮਝ ਹੈ, ਮਨ ਪ੍ਰਭਾਵਿਤ ਹੈ, ਮਨ ਆਪੇ ਮੰਗ ਕਰਦਾ ਰਹਿੰਦਾ। ਮਨੁੱਖ ਨੂੰ ਮਾਇਆ ਦੀ ਸਮਝ ਆ ਗਈ ਹੈ, ਮਾਇਆ ਤੋਂ ਮਨ ਪ੍ਰਭਾਵਿਤ ਹੈ, ਹਰ ਵੇਲੇ ਮਾਇਆ ਦੀ ਮੰਗ ਚੱਲਦੀ। ਸਾਹਿਬ ਨੇ ਬਾਣੀ ਵਿੱਚ ਵੀ ਆਖਿਆ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਹਰ ਵੇਲੇ ਯਾਦ ਕਰਦਾ ਕਿਉਂਕਿ ਸਮਝ ਆ ਗਈ ਹੈ। ਮਨੁੱਖ ਨੂੰ ਬਾਣੀ ਦੀ ਸਮਝ ਨਹੀਂ ਆਈ, ਅਤੇ ਸੱਚ ਜਾਣਿਓ ਇਹੀ ਕਾਰਨ ਹੈ ਕਿ ਸਾਡਾ ਮਨ ਬਾਣੀ ਦੀ ਮੰਗ ਨਹੀਂ ਕਰਦਾ, ਬਾਕੀ ਚੀਜ਼ਾਂ ਦੀ ਮੰਗ ਕਰਦਾ ਪਰ ਬਾਣੀ ਦੀ ਮੰਗ ਨਹੀਂ ਹੈ। ਤੁਸੀਂ ਕੋਈ ਅਖਬਾਰ ਪੜ੍ਹਦੇ ਹੋ ਨਾ, ਕੋਈ ਨਾਵਲ ਪੜ੍ਹਦੇ ਹੋ, ਕੋਈ ਹੋਰ ਪੁਸਤਕ ਪੜ੍ਹਦੇ ਹੋ, ਤੁਹਾਡਾ ਧਿਆਨ ਪੂਰਨ ਤੌਰ 'ਤੇ ਉਹਦੇ ਵਿੱਚ ਕੰਸਨਟ੍ਰੇਟ ਹੋਵੇਗਾ, ਪਰ ਬੈਠ ਜਾਓ ਕਿਤੇ ਗੁਟਕਾ ਲੈ ਕੇ ਪਾਠ ਕਰਨ ਵਾਸਤੇ, ਫਿਰ ਵੇਖਿਓ ਤੁਹਾਡੇ ਮਨ ਵਿੱਚ ਉਹ ਖਿਆਲ ਆਉਣਗੇ ਜਿਹੜੇ ਕਦੀ ਵੀ ਨਹੀਂ ਆਏ। ਮਨ ਬਾਰ ਬਾਰ ਵਿੱਚੋਂ ਨਿਕਲ ਕੇ ਦੌੜੇਗਾ, ਬਾਰ ਬਾਰ ਦੌੜਦਾ। ਕਿਉਂ ਦੌੜਦਾ? ਕਿਉਂਕਿ ਮਨ ਨੂੰ ਸਮਝ ਨਹੀਂ ਪੈ ਰਹੀ, ਮਨ ਪ੍ਰਭਾਵਿਤ ਨਹੀਂ ਹੋ ਰਿਹਾ, ਮਨ ਮੰਗ ਨਹੀਂ ਪਿਆ ਕਰਦਾ, ਅਜੇ ਸਮਝ ਨਹੀਂ ਪਈ। ਇੱਕ ਬਜ਼ੁਰਗ ਬਾਬਾ ਜੀ 5 ਘੰਟੇ ਨਿਤਨੇਮ ਕਰਦੇ ਸਨ, ਅਤੇ ਮੈਂ ਪੁੱਛ ਲਿਆ ਬਾਪੂ ਜੀ ਕਿੰਨੀਆਂ ਕੁ ਬਾਣੀਆਂ ਪੜ੍ਹਦੇ ਹੋ? ਕਹਿਣ ਲੱਗੇ ਇਕੱਲਾ ਜਪਜੀ ਸਾਹਿਬ ਹੀ ਪੜ੍ਹਨਾ। ਮੈਂ ਕਿਹਾ ਹੱਦ ਹੋ ਗਈ, ਇਕੱਲਾ ਜਪਜੀ ਸਾਹਿਬ ਅਤੇ 5 ਘੰਟੇ? ਉਹ ਕਹਿਣ ਲੱਗੇ ਜਦੋਂ ਮੈਂ ਪਾਠ ਸ਼ੁਰੂ ਕਰਨਾ ਨਾ, ਤਾਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਮਨ ਵਿੱਚੋਂ ਨਿਕਲ ਕੇ ਦੌੜ ਜਾਂਦਾ, ਅਤੇ ਸੁਣਾਉਣਾ ਤਾਂ ਮਨ ਨੂੰ ਹੈ। ਵਾਹਿਗੁਰੂ ਵਾਹਿਗੁਰੂ ਜ਼ਬਾਨ ਕਰੇ ਅਤੇ ਮਨ ਸੁਣ ਲਵੇ, ਮਨ ਜਾਗ ਜਾਏਗਾ, ਅਤੇ ਜੇ ਮਨ ਨੇ ਸੁਣਿਆ ਹੀ ਨਹੀਂ ਗੱਲ ਨਹੀਂ ਬਣੇਗੀ। ਕਹਿੰਦੇ ਨੇ ਜਦੋਂ ਮੈਂ ਪਾਠ ਸ਼ੁਰੂ ਕਰਨਾ ਤਾਂ ਮਨ ਵਿੱਚੋਂ ਨਿਕਲ ਕੇ ਦੌੜ ਜਾਂਦਾ, ਮੈਨੂੰ ਫਿਰ ਯਾਦ ਆਉਂਦਾ ਕਿ ਇੱਥੋਂ ਕੁ ਮਨ ਉਖੜਿਆ ਸੀ, ਮੈਂ ਫਿਰ ਦੁਬਾਰਾ ਉੱਥੋਂ ਹੀ ਪਾਠ ਸ਼ੁਰੂ ਕਰ ਦਿੰਦਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮੈਨੂੰ 5 ਘੰਟੇ ਲੱਗਦੇ ਨੇ ਜਪਜੀ ਸਾਹਿਬ ਦਾ ਪਾਠ ਕਰਦਿਆਂ, ਅਤੇ ਅਸੀਂ ਤਾਂ 5-7 ਮਿੰਟਾਂ ਵਿੱਚ ਹੀ ਕਰ ਲੈਂਦੇ ਹਾਂ। ਉੱਧਰੋਂ ਇਸ਼ਨਾਨ ਕਰਨਾ ਸ਼ੁਰੂ ਕਰ ਲਿਆ, ਉੱਧਰੋਂ ਜਪਜੀ ਸਾਹਿਬ ਸ਼ੁਰੂ ਹੋ ਗਿਆ, ਉੱਧਰੋਂ ਕੱਪੜੇ ਪਾ ਲਏ, ਉੱਧਰੋਂ ਕੇਤੀ ਛੁੱਟੀ ਨਾਲ। ਪਰ ਸਾਨੂੰ ਇਹ ਨਾ ਸਮਝ ਆਈ ਕਿ ਗੁਰੂ ਨਾਨਕ ਨੇ ਬਾਣੀ ਵਿੱਚ ਆਖਿਆ ਕੀ। ਕਈ ਵਾਰੀ ਐਸਾ ਵੀ ਹੁੰਦਾ ਕਿ ਪਾਠ ਕਰਦੇ ਹੋਈਏ ਨਾ,
ਅਤੇ ਮਨ ਵਿੱਚ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਜਪਜੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਕਿਹੜੇ ਵੇਲੇ ਸੋਦਰ ਦਾ ਸ਼ੁਰੂ ਹੋ ਜਾਂਦਾ, ਸੁਣ ਵੱਡਾ ਆਖੇ ਸਭ ਕੋਏ। ਅਤੇ ਕਈ ਵਾਰੀ ਸੋਦਰ ਦਾ ਪਾਠ ਕਰਦਿਆਂ ਮੁੰਦਾ ਸੰਤੋਖ ਸਰਮਪਤ ਝੋਲੀ ਕਿਹੜੇ ਵੇਲੇ ਸ਼ੁਰੂ ਹੋ ਗਿਆ ਪਤਾ ਹੀ ਨਹੀਂ ਲੱਗਦਾ, ਪਤਾ ਉਦੋਂ ਲੱਗਦਾ ਜਦੋਂ ਪਵਨ ਗੁਰੂ ਪਾਣੀ ਪਿਤਾ 'ਤੇ ਪਹੁੰਚ ਜਾਂਦਾ ਵੀ ਹੱਦ ਹੋ ਗਈ, ਮੈਂ ਤਾਂ ਸੋਦਰ ਦਾ ਪਾਠ ਕਰਦਾ ਸੀ। ਕਿਉਂਕਿ ਮਨ ਵਿੱਚੋਂ ਐਬਸੈਂਟ ਹੈ, ਸੁਣਾਉਣਾ ਮਨ ਨੂੰ ਹੈ। ਜਿਸ ਦਿਨ ਮਨ ਨੂੰ ਸਮਝ ਪੈ ਗਈ ਨਾ, ਉਸ ਦਿਨ ਮਨ ਜਾਗ ਜਾਏਗਾ, ਮਨ ਮੰਗ ਕਰਨ ਲੱਗ ਪਏਗਾ। ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਇੱਕ ਵਾਰੀ ਪੁੱਛ ਲਿਆ, ਪਾਤਸ਼ਾਹ ਤੁਸੀਂ ਕਹਿੰਦੇ ਹੋ ਮਨ ਨੂੰ ਜਗਾਉਣਾ, ਮਨ ਨੂੰ ਜਗਾਉਣਾ ਬਾਣੀ ਦੇ ਨਾਲ, ਪਰ ਕਿਵੇਂ ਪਤਾ ਲੱਗੇ ਕਿ ਮਨ ਜਾਗ ਗਿਆ? ਇਹਦੀ ਕੋਈ ਨਿਸ਼ਾਨੀ ਹੈ ਕਿ ਸਾਨੂੰ ਪਤਾ ਲੱਗ ਜਾਏ ਮਨ ਜਾਗ ਗਿਆ? ਅਤੇ ਪਾਤਸ਼ਾਹ ਜੀ ਨੇ ਨਾ ਬੜਾ ਪਿਆਰਾ ਬਚਨ ਕੀਤਾ, ਉਹ ਕਹਿੰਦੇ ਨੇ ਮਨ ਜਾਗੇ ਕੀ ਨਿਸ਼ਾਨੀ ਕਿਹੜੀ, ਮਿੱਠੀ ਲੱਗੇ ਪ੍ਰਿਆ ਕੀ ਬਾਣੀ। ਕਹਿੰਦੇ ਨੇ ਜਿਸ ਦਿਨ ਪਿਆਰੇ ਦੀ ਬਾਣੀ ਮਿੱਠੀ ਲੱਗਣ ਲੱਗ ਪਈ ਨਾ, ਉਦਣ ਸਮਝ ਲੈਣਾ ਕਿ ਮਨ ਜਾਗ ਗਿਆ। ਜਿਸ ਦਿਨ ਮਨ ਮੰਗ ਕਰਨ ਲੱਗ ਪਿਆ, ਅਤੇ ਅਜੇ ਤਾਂ ਮੈਂ ਵੇਖਦਾ ਕਿ ਕੋਈ ਇੱਕ ਬੰਦਾ ਬੈਠਾ ਪਾਠ ਕਰਦਾ ਹੋਵੇ ਨਾ, ਅਤੇ ਦੂਜਾ ਉਹਦੇ ਕੋਲ ਬੈਠਣ ਲਈ ਤਿਆਰ ਨਹੀਂ ਹੁੰਦਾ। ਅਸੀਂ ਅਖੰਡ ਪਾਠ ਸਾਹਿਬ ਰਖਵਾ ਲੈਂਦੇ ਹਾਂ, ਭਾਈ ਜੀ ਨੇ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹ ਦਿੱਤੀਆਂ, ਦੇਗ ਵਰਤਾ ਦਿੱਤੀ, ਫਿਰ ਤਾਂ ਕੋਈ ਵਿਰਲਾ ਹੀ ਹੈ ਨਾ ਜਿਹੜਾ ਅੰਦਰ ਬੈਠ ਕੇ ਪਾਠ ਸੁਣੇ। ਅਸੀਂ ਰਿਸ਼ਤੇਦਾਰਾਂ ਨਾਲ ਗੱਪਾਂ ਬੜੀਆਂ ਮਾਰਾਂਗੇ, ਪਰ ਅੰਦਰ ਕੋਈ ਬੈਠਣ ਲਈ ਤਿਆਰ ਨਹੀਂ ਜੇ ਹੁੰਦਾ। ਕਾਰਨ ਕੀ ਹੈ ਕਿ ਬਾਣੀ ਦੇ ਨਾਲ ਅਜੇ ਪਿਆਰ ਨਹੀਂ ਬਣਿਆ, ਮਨ ਮੰਗ ਨਹੀਂ ਪਿਆ ਕਰਦਾ। ਮੈਂ ਤਾਂ ਕਈ ਵਾਰੀ ਕਹਿੰਦਾ ਜਿਸ ਬੰਦੇ ਨੂੰ ਗੋਲੀ ਖਾਧਿਆਂ ਵੀ ਨੀਂਦਰ ਨਹੀਂ ਨਾ ਆਉਂਦੀ, ਤੁਸੀਂ ਉਹਨੂੰ ਗੁਟਕਾ ਫੜਾ ਦਿਓ, 15 ਮਿੰਟਾਂ 'ਚ ਹੀ ਸੌਂ ਜਾਏਗਾ। ਇੰਨਾ ਸਾਡਾ ਲਗਾਓ ਹੈ ਬਾਣੀ ਦੇ ਨਾਲ, ਅਜੇ ਬਾਣੀ ਦੇ ਨਾਲ ਅੰਦਰੋਂ ਪਿਆਰ ਨਹੀਂ ਬਣਿਆ। ਕਾਰਨ ਕੀ ਹੈ ਕਿ ਸਮਝ ਨਹੀਂ ਪਈ। ਸਮਝ ਨਾ ਪਵੇ ਤਾਂ ਜਿੰਨੀ ਮਰਜ਼ੀ ਕੀਮਤੀ ਚੀਜ਼ ਹੋਵੇ ਉਹ ਸਾਡੇ ਵਾਸਤੇ ਤੁੱਛ ਹੈ। ਹੁਣ ਮੈਂ ਬੇਨਤੀ ਕਰਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਪਜੀ ਸਾਹਿਬ ਦੀ ਜੋ ਬਾਣੀ ਹੈ ਉਹਦੀ ਆਰੰਭਤਾ ਵਿੱਚ ਹੀ 4 ਸਮੱਸਿਆਵਾਂ ਮਨ ਦੀਆਂ ਦੱਸਦੇ ਨੇ। ਜਿਹੜੀ ਪਹਿਲੀ ਪੌੜੀ ਹੈ ਨਾ ਜੀ, ਪਹਿਲਾ ਮੂਲ ਮੰਤਰ ਹੈ, ਫਿਰ ਇੱਕ ਸਲੋਕ ਹੈ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਸ ਤੋਂ ਬਾਅਦ ਫਿਰ ਪਹਿਲੀ ਪੌੜੀ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਮੇਰੇ ਪਾਤਸ਼ਾਹ ਜੀ 4 ਸਮੱਸਿਆਵਾਂ ਮਨ ਦੀਆਂ ਦੱਸਦੇ ਨੇ। ਪਹਿਲੀ ਸਮੱਸਿਆ ਕਿਹੜੀ ਹੈ ਕਿ ਮਨ ਜਿਹੜਾ ਨਾ ਇਹ ਮੈਲਾ ਬੜਾ, ਬਹੁਤ ਮੈਲਾ, ਔਰ ਇਹਨੂੰ ਮੈਲ ਕਿਤੇ ਇੱਕ ਦਿਨ ਦੀ ਨਹੀਂ, 2 ਦਿਨ ਦੀ ਨਹੀਂ, ਕਈਆਂ ਜਨਮਾਂ ਦੀ ਮੈਲ ਲੱਗੀ ਹੈ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ। ਖਨਲੀ ਕਹਿੰਦੇ ਨੇ ਉਹ ਕੱਪੜਾ ਜਿਹਦੇ ਨਾਲ ਤੇਲੀ ਬਾਰ ਬਾਰ ਕੋਹਲੂ ਨੂੰ ਸਾਫ਼ ਕਰਦਾ, ਅਤੇ ਉਹ ਇੰਨਾ ਕੁ ਮੈਲਾ ਹੋ ਜਾਂਦਾ ਕਿ ਉਹਨੂੰ 100 ਵਾਰੀ ਵੀ ਧੋ ਲਈ ਇੰਨਾ ਤਾਂ ਉਹ ਬਿਲਕੁਲ ਸਾਫ਼ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੀ ਮਨ ਜਿਹੜਾ ਇਹ ਮਨ ਮੈਲਾ ਹੈ, ਅਤੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਜੇ ਮਨ ਮੈਲਾ ਹੋਵੇ ਨਾ ਤਾਂ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਕਹਿੰਦੇ ਨੇ ਜੇ ਮਨ ਮੈਲਾ ਹੈ ਅਤੇ ਮਨ ਦੇ ਨਾਲ ਕੀਤਾ ਹੋਇਆ ਕੋਈ ਵੀ ਕਰਮ ਜਿਹੜਾ ਉਹ ਨਿਰਮਲ ਨਹੀਂ ਹੋ ਸਕਦਾ। ਹੁਣ ਮੇਰੇ ਹੱਥ ਭਰੇ ਹੋਣ ਚਿੱਕੜ ਦੇ ਨਾਲ, ਅਤੇ ਮੈਂ ਇਹ ਆਖਾਂ ਕਿ ਇਹਨਾਂ ਹੱਥਾਂ ਦੇ ਨਾਲ ਮੈਂ ਕਿਸੇ ਦੇ ਬਸਤਰਾਂ ਨੂੰ ਸਾਫ਼ ਕਰ ਦਿਆਂ, ਉਹ ਮੈਲੇ ਤਾਂ ਹੋਰ ਹੋ ਸਕਦੇ ਨੇ ਪਰ ਸਾਫ਼ ਨਹੀਂ ਹੋ ਸਕਦੇ। ਜਿੰਨੀ ਦੇਰ ਹੱਥ ਸਾਫ਼ ਨਹੀਂ ਕੀਤੇ ਓਨੀ ਦੇਰ ਕਿਸੇ ਹੋਰ ਚੀਜ਼ ਨੂੰ ਸਾਫ਼ ਨਹੀਂ ਕਰ ਸਕਦੇ। ਅਤੇ ਜੇ ਮਨ ਹੀ ਮੈਲਾ ਹੈ ਤਾਂ ਮਨ ਦੇ ਨਾਲ ਕੀਤਾ ਹੋਇਆ ਕੋਈ ਵੀ ਕਰਮ ਜਿਹੜਾ ਨਾ ਉਹ ਨਿਰਮਲ ਨਹੀਂ ਹੋ ਸਕਦਾ। ਮਨ ਮੈਲਾ ਹੈ, ਮਨੁੱਖ ਦੀ ਸੋਚਣੀ ਮੈਲੀ ਹੋਵੇਗੀ। ਜੇ ਮਨ ਮੈਲਾ ਹੈ, ਮਨੁੱਖ ਦੀ ਦ੍ਰਿਸ਼ਟੀ ਮੈਲੀ ਹੋ ਜਾਏਗੀ। ਜਿਸ ਦਾ ਮਨ ਮੈਲਾ ਹੈ, ਉਹਦੀ ਕੰਨਾਂ ਦੀ ਸਰੋਤ ਮੈਲੀ ਹੋਵੇਗੀ।
ਬੇਨਤੀ ਕਰ ਰਿਹਾ ਸੀ ਕਿ ਮਨ ਮੈਲ ਹੈ ਅਤੇ ਮਨ ਨਾਲ ਕੀਤਾ ਹੋਇਆ ਕੋਈ ਵੀ ਕਰਮ ਜਿਹੜਾ ਉਹ ਨਿਰਮਲ ਨਹੀਂ ਹੁੰਦਾ। ਇਸ ਤਨ ਨੂੰ ਨਿਰਮਲ ਕਰਨ ਵਾਸਤੇ ਤਾਂ ਬੜੇ ਯਤਨ ਕੀਤੇ ਗਏ। ਕਿਸੇ ਦੀ ਇਹ ਵਿਚਾਰਧਾਰਾ ਬਣ ਗਈ ਕਿ ਜਿਹੜੇ ਪਾਪ ਨੇ ਨਾ ਇਹਨਾਂ ਨੂੰ ਉਤਾਰਨ ਵਾਸਤੇ ਜੇ ਗੰਗਾ ਦਾ ਇਸ਼ਨਾਨ ਕਰ ਲਿਆ ਜਾਏ ਤਾਂ ਸਾਰੇ ਪਾਪ ਉਤਰ ਜਾਂਦੇ ਨੇ। ਗੰਗਾ ਦਾ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਮੇਰੇ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸੀ ਵਿਚਾਰ ਦਿੱਤੀ ਹੈ ਜਗਤ ਨੂੰ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਪਿਆਰਿਓ, ਬਾਹਰ ਦਾ ਇਸ਼ਨਾਨ ਕਰਨ ਦੇ ਨਾਲ ਅੰਦਰ ਦੀ ਨਿਰਮਲਤਾ ਨਹੀਂ ਹੋ ਸਕਦੀ। ਬਾਹਰ ਦਾ ਇਸ਼ਨਾਨ ਜਿੰਨਾ ਮਰਜ਼ੀ ਕਰੀ ਜਾਈਏ ਅੰਦਰ ਨਿਰਮਲ ਨਹੀਂ ਹੋਵੇਗਾ। ਫਿਰ ਅੰਦਰ ਕਿਵੇਂ ਨਿਰਮਲ ਹੁੰਦਾ? ਸਾਹਿਬ ਜੀ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸਕੇ। ਕਹਿੰਦੇ ਨੇ ਜੇ ਹੱਥਾਂ ਪੈਰਾਂ ਨੂੰ ਮਿੱਟੀ ਲੱਗ ਗਈ ਹੈ ਇਹਨਾਂ ਨੂੰ ਪਾਣੀ ਦੇ ਨਾਲ ਸਾਫ਼ ਕੀਤਾ ਜਾ ਸਕਦਾ ਹੈ, ਸਾਫ਼ ਹੋ ਗਏ। ਮੂਤ ਪਲੀਤੀ ਕੱਪੜ ਹੋਏ ਦੇ ਸਾਬੋਣ ਲਈਏ ਉਹ ਧੋਏ। ਹੁਣ ਬਸਤਰਾਂ ਨੂੰ ਮਲ ਮੂਤਰ ਲੱਗ ਗਿਆ, ਮਲੀਨ ਹੋ ਗਏ ਨੇ। ਅਨੇਕਾਂ ਤਰ੍ਹਾਂ ਦੇ ਡਿਟਰਜੈਂਟ ਪਾਊਡਰ ਆ ਗਏ, ਸਾਬਣ ਹੈ ਜਿਹਦੇ ਨਾਲ ਉਹਨਾਂ ਨੂੰ ਸਾਫ਼ ਕੀਤਾ ਜਾ ਸਕਦਾ। ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਭਰੀਏ ਮਤ ਪਾਪਾਂ ਕੈ ਸੰਗ। ਜੇ ਇਹ ਮਨ ਮਲੀਨ ਹੋ ਗਿਆ ਦਿਨੋਂ ਦਿਨ ਪਾਪ ਚੜ੍ਹਦੇ ਜਾਂਦੇ ਨੇ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਤੁਸੀਂ ਜਿੰਨੇ ਮਰਜ਼ੀ ਸੁੰਦਰ ਚਿੱਟੇ ਬਸਤਰ ਪਾ ਕੇ ਘਰੋਂ ਬਾਹਰ ਚੱਲੋ ਨਾ, ਜਦੋਂ ਤੁਸੀਂ ਸ਼ਾਮ ਨੂੰ ਘਰ ਆਉਣਾ ਉਹ ਚਿਟਿਆਈ ਉਹ ਸਫੇਦੀ ਜਿਹੜੀ ਇਹਨਾਂ ਕੱਪੜਿਆਂ 'ਤੇ ਨਹੀਂ ਹੋਵੇਗੀ। ਆਲੂਦਗੀ ਦੇ ਕਣ ਵਿੱਚੋਂ ਹੀ ਹਵਾ ਦੇ ਇਹਨਾਂ ਬਸਤਰਾਂ ਨੂੰ ਲੱਗ ਜਾਂਦੇ ਨੇ, ਜਿਨ੍ਹਾਂ ਦੇ ਨਾਲ ਇਹ ਬਸਤਰ ਸਵੇਰ ਵਰਗੇ ਸਫੇਦ ਨਹੀਂ ਰਹੇ, ਮੈਲੇ ਹੋ ਗਏ। ਅਤੇ ਜੇ ਉਹਨਾਂ ਬਸਤਰਾਂ ਨੂੰ ਦੋ ਦਿਨ ਹੋਰ ਪਹਿਨ ਲਿਆ ਜਾਏ ਤਾਂ ਫਿਰ ਦੂਰੋਂ ਮੈਲ ਦੇ ਦਰਸ਼ਨ ਹੋਣ ਲੱਗ ਪੈਂਦੇ ਨੇ, ਫਿਰ ਕੱਪੜੇ ਦੇ ਦਰਸ਼ਨ ਘੱਟ ਹੁੰਦੇ ਨੇ। ਅਤੇ ਜੇ ਕੋਈ ਇਹ ਆਖੇ ਕਿ ਮੈਂ ਮਹੀਨਾ ਦੋ ਮਹੀਨਾ ਇਸੇ ਤਰ੍ਹਾਂ ਹੀ ਪਹਿਨੇ ਜਾਵਾਂ ਤਾਂ ਸੱਚ ਜਾਣਿਓ ਉਹ ਜਿਹੜੀ ਮੈਲ ਹੈ ਨਾ ਉਹ ਹੀ ਉਹਨਾਂ ਬਸਤਰਾਂ ਨੂੰ ਅੰਦਰੋਂ ਖਤਮ ਕਰ ਦਿੰਦੀ ਹੈ, ਖਾ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜੀ ਮਨ ਦੀ ਮੈਲ ਹੈ ਇਹ ਹੌਲੀ ਹੌਲੀ ਮਨੁੱਖ ਨੂੰ ਅੰਦਰੋਂ ਖਤਮ ਕਰਦੀ ਹੈ ਅਤੇ ਸ਼ੁੱਭ ਗੁਣਾਂ ਨੂੰ ਖਤਮ ਕਰੀ ਜਾ ਰਹੀ ਹੈ। ਹੁਣ ਇਹ ਮੈਲ ਜਿਹੜੀ ਹੈ ਇਹ ਕਿਵੇਂ ਉਤਰੇ? ਸਾਹਿਬ ਜੀ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ। ਕਹਿੰਦੇ ਨੇ ਇਹ ਮੈਲ ਜਿਹੜੀ ਹੈ ਨਾ ਇਹ ਨਾਮ ਦੇ ਨਾਲ ਸਾਫ਼ ਹੁੰਦੀ ਹੈ ਅਤੇ ਜੇ ਨਾ ਸਾਫ਼ ਕੀਤਾ ਜਾਏ ਤਾਂ ਦਿਨੋਂ ਦਿਨ ਪਾਪ ਜਿਹੜੇ ਨੇ ਨਾ ਉਹ ਹੋਰ ਚੜ੍ਹਦੇ ਜਾਂਦੇ ਨੇ। 10 ਪਾਪ ਸਿਆਣਿਆਂ ਨੇ ਮੰਨੇ ਨੇ, 10 ਦੇ ਵਿੱਚੋਂ 4 ਪਾਪ ਕੇਵਲ ਜ਼ੁਬਾਨ ਦੇ ਨੇ, 4 ਪਾਪ ਜ਼ੁਬਾਨ ਦੇ ਨੇ ਜਿਹੜੇ ਅਸੀਂ ਰੋਜ਼ਮਰਾ ਜੀਵਨ ਵਿੱਚ ਰਿਪੀਟ ਕਰੀ ਜਾਂਦੇ ਹਾਂ। 3 ਪਾਪ ਤਨ ਦੇ ਨੇ, 3 ਪਾਪ ਹੀ ਮਨ ਦੇ ਨੇ। ਇਸ ਤਰ੍ਹਾਂ ਗਿਣਤੀ 10 ਬਣਦੀ ਹੈ। ਕੌੜਾ ਬੋਲਣਾ, ਵਿਅਰਥ ਬੋਲਣਾ, ਫਿੱਕਾ ਬੋਲਣਾ, ਮਿਥਿਆ ਬੋਲਣਾ ਇਹ ਜ਼ੁਬਾਨ ਦੇ ਪਾਪ ਨੇ। ਕਿਸੇ ਦੀ ਜਾਨ ਲੈ ਲੈਣੀ, ਕਿਸੇ ਦਾ ਮਾਲ ਲੁੱਟ ਲੈਣਾ, ਇੱਜ਼ਤ ਆਬਰੂ ਲੁੱਟ ਲੈਣੀ ਇਹ ਤਨ ਦੇ ਪਾਪ ਨੇ। ਅਤੇ ਕਿਸੇ ਦੀ ਜਾਨ ਬਾਰੇ ਬੁਰਾ ਸੋਚ ਲਿਆ, ਕਿਸੇ ਦੇ ਮਾਲ ਬਾਰੇ ਬੁਰਾ ਸੋਚ ਲਿਆ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚ ਲਿਆ ਇਹ ਮਨ ਦੇ ਪਾਪ ਨੇ। ਤਨ ਦੇ ਪਾਪ ਜਿਹੜੇ ਨੇ ਨਾ ਉਹਨਾਂ ਦੀ ਗਿਣਤੀ ਘੱਟ ਹੈ ਕਿਉਂਕਿ ਕਾਨੂੰਨ ਦੀ ਪਕੜ ਵਿੱਚ ਆਉਂਦੇ ਨੇ, ਸੰਸਾਰ ਦੀ ਪਕੜ ਵਿੱਚ ਆਉਂਦੇ ਨੇ, ਸੰਸਾਰ ਫਿਰ ਸਜ਼ਾ ਦਿੰਦਾ। ਪਰ ਸੱਚ ਜਾਣਿਓ ਜਿਹੜੇ ਮਨ ਦੇ ਪਾਪ ਨੇ, ਮਨ ਦੇ ਪਾਪ ਸੰਸਾਰ ਦੀ ਪਕੜ ਵਿੱਚ ਨਹੀਂ ਜੇ ਆਉਂਦੇ। ਕੋਈ ਭਾਵੇਂ ਗੁਟਕਾ ਲੈ ਕੇ ਬੈਠਾ ਹੋਵੇ ਸਾਨੂੰ ਕੀ ਪਤਾ ਕਿਹਦੇ ਬਾਰੇ ਕੀ ਸੋਚਦਾ ਹੈ, ਕੋਈ ਭਾਵੇਂ ਪਾਠ ਕਰਦਾ ਹੋਵੇ ਨਹੀਂ ਪਤਾ ਕੀ ਸੋਚ ਰਿਹਾ, ਸਤਸੰਗ ਵਿੱਚ ਬੈਠਾ ਹੋਵੇ ਨਹੀਂ ਪਤਾ ਕੀ ਸੋਚਦਾ। ਸੰਸਾਰ ਦੀ ਪਕੜ ਵਿੱਚ ਨਹੀਂ ਆਉਂਦੇ ਪਰ ਲੱਖ ਵੀ ਯਤਨ ਕਰਿਓ ਨਿਰੰਕਾਰ ਦੀ ਪਕੜ ਤੋਂ ਨਹੀਂ ਜੇ ਬਚ ਸਕਦੇ। ਉਹ ਨਿਰੰਕਾਰ ਦੀ ਪਕੜ ਵਿੱਚ ਜ਼ਰੂਰ ਆਉਂਦੇ ਨੇ, ਕਿਉਂ? ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
ਉਹ ਅੰਦਰ ਦੀ ਜਾਣਨ ਵਾਲਾ ਹੈ। ਅਤੇ ਇਸ ਤਰ੍ਹਾਂ ਇਹ ਪਾਪਾਂ ਦੀ ਗਿਣਤੀ ਜਿਹੜੀ ਹੈ ਨਾ ਇਹ ਵੱਧਦੀ ਜਾਂਦੀ ਹੈ। ਸਾਹਿਬ ਜੀ ਕਹਿੰਦੇ ਨੇ ਜੇ ਨਾਮ ਨਾ ਜਪਿਆ ਜਾਏ, ਸਤਸੰਗ ਵਿੱਚ ਨਾ ਆਇਆ ਜਾਏ, ਅਤੇ ਇਹ ਜਿਹੜੇ ਪਾਪ ਨੇ ਇਹ ਮੈਲ ਹੈ, ਇੱਕ ਦਿਨ ਹੌਲੀ ਹੌਲੀ ਇਹ ਮਨੁੱਖ ਨੂੰ ਅੰਦਰੋਂ ਖਤਮ ਕਰ ਦਿੰਦੀ ਹੈ, ਮਾਲਕ ਤੋਂ ਦੂਰ ਲੈ ਜਾਂਦੀ ਹੈ। ਸਾਹਿਬ ਜੀ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਕਹਿੰਦੇ ਨੇ ਜਿੰਨੇ ਮਰਜ਼ੀ ਇਸ਼ਨਾਨ ਕਰੀ ਜਾਓ, ਬਾਹਰ ਦੇ ਇਸ਼ਨਾਨ ਦੇ ਨਾਲ ਅੰਦਰ ਦੀ ਮੈਲ ਜਿਹੜੀ ਹੈ ਨਾ ਉਹ ਨਹੀਂ ਉਤਰੇਗੀ। ਸਾਹਿਬ ਜੀ ਕਹਿੰਦੇ ਨੇ ਸੁਖਮਨੀ ਸਾਹਿਬ ਅੰਦਰ ਵੀ ਸੋਚ ਕਰੈ ਦਿਨ ਸਾਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੋਚ ਦਾ ਅਰਥ ਹੈ ਇਸ਼ਨਾਨ। ਕਹਿੰਦੇ ਨੇ ਦਿਨੇ ਰਾਤ ਇਸ਼ਨਾਨ ਕਰੀ ਜਾਈਏ, ਜਿਹੜੀ ਮਨ ਦੀ ਮੈਲ ਹੈ ਨਾ ਇਹ ਤਨ ਦੇ ਇਸ਼ਨਾਨ ਨਾਲ ਨਹੀਂ ਉਤਰ ਸਕਦੀ, ਇਹ ਕੇਵਲ ਬਾਣੀ ਦੇ ਨਾਲ ਉਤਰੇਗੀ। ਇਸੇ ਕਰਕੇ ਸਤਿਗੁਰੂ ਜੀ ਨੇ ਜਿੱਥੇ ਨਾਲ ਸਰੋਵਰ ਬਣਾਇਆ ਉੱਥੇ ਨਾਲ ਬਾਣੀ ਦਾ ਪ੍ਰਵਾਹ ਵੀ ਚਲਾਇਆ, ਉਸ ਬਾਣੀ ਦੇ ਨਾਲ ਪਾਣੀ ਵੀ ਨਿਰਮਲ ਹੋ ਜਾਂਦਾ ਹੈ। ਅਤੇ ਗੁਰੂ ਸਵਾਰਿਓ ਨਾਲ ਬਾਣੀ ਦਾ ਇਸ਼ਨਾਨ, ਜਿਹਦੇ ਨਾਲ ਮਨ ਦੀ ਮੈਲ ਜਿਹੜੀ ਹੈ ਨਾ ਉਹ ਉਤਰਦੀ ਹੈ। ਖੈਰ ਸਮਾਂ ਬੜਾ ਸੀਮਤ ਹੈ, ਪਹਿਲੀ ਸਮੱਸਿਆ ਜਿਹੜੀ ਹੈ ਨਾ ਉਹ ਹੈ ਕਿ ਮਨ ਮੈਲਾ ਬੜਾ। ਦੂਸਰੀ ਸਮੱਸਿਆ ਮਨ ਦੀ ਇਹ ਹੈ ਕਿ ਮਨ ਬੋਲਦਾ ਬੜਾ, ਮਨ ਕਿਸੇ ਵੇਲੇ ਵੀ ਚੁੱਪ ਨਹੀਂ ਕਰਦਾ, ਹਰ ਵੇਲੇ ਬੋਲੀ ਜਾਂਦਾ। ਹੁਣ ਦੋ ਬੰਦੇ ਗੱਲਾਂ ਕਰਦੇ ਹੋਣ ਅਤੇ ਬਰਾਬਰ ਹੀ ਬੋਲੀ ਜਾਣ ਤਾਂ ਮੇਰੇ ਖਿਆਲ 'ਚ ਦੋਵਾਂ 'ਚੋਂ ਕਿਸੇ ਨੂੰ ਵੀ ਸਮਝ ਨਹੀਂ ਆਉਣੀ ਕਿ ਇਹਨੇ ਕੀ ਆਖਿਆ। ਤਰੀਕਾ ਕੀ ਹੈ? ਇੱਕ ਬੰਦਾ ਗੱਲ ਕਰੇ ਅਤੇ ਦੂਜਾ ਸੁਣੇ, ਜ਼ਬਾਨ ਵੀ ਬੋਲੀ ਜਾਏ ਅਤੇ ਮਨ ਵੀ ਬੋਲੀ ਜਾਏ ਅਤੇ ਸੁਣੇਗਾ ਕੌਣ? ਮਨ ਬਹੁਤ ਬੋਲਦਾ। ਜਿਹੜੇ ਮੋਨੇ ਲੋਕ ਸਨ ਨਾ ਉਹਨਾਂ ਨੇ ਇਹ ਯਤਨ ਕੀਤਾ ਸੀ ਕਿ ਆਪ ਚੁੱਪ ਕਰ ਜਾਓ, ਜ਼ਬਾਨ ਚੁੱਪ ਕਰ ਜਾਏ, ਹੋ ਸਕਦਾ ਕਿ ਮਨ ਵੀ ਚੁੱਪ ਕਰ ਜਾਏ, ਪਰ ਮਨ ਨੂੰ ਚੁੱਪ ਨਾ ਕਰਾ ਸਕੇ। ਕਈ ਵਾਰੀ ਵੇਖਿਆ ਜਿਹੜੇ ਮੋਨੀ ਲੋਕ ਨੇ ਨਾ ਮੌਨ ਧਾਰਨ ਕੀਤਾ ਹੁੰਦਾ ਅਤੇ ਉਹ ਆਪਣੇ ਅੰਦਰ ਦੀ ਗੱਲ ਜਿਹੜੀ ਹੈ ਕਾਗਜ਼ਾਂ 'ਤੇ ਲਿਖ ਲਿਖ ਕੇ ਦੂਜਿਆਂ ਨੂੰ ਦੇਈ ਜਾਣਗੇ। ਇਹਦਾ ਮਤਲਬ ਜ਼ਬਾਨ 'ਤੇ ਚੁੱਪ ਕਰ ਗਈ ਪਰ ਮਨ 'ਤੇ ਨਹੀਂ ਨਾ ਚੁੱਪ ਕੀਤਾ, ਮਨ 'ਤੇ ਬੋਲ ਰਿਹਾ। ਮਨ 'ਤੇ ਸੁਪਨਿਆਂ ਦੀ ਦੁਨੀਆ ਵਿੱਚ ਵੀ ਤੁਰਿਆ ਫਿਰਦਾ, ਜਦੋਂ ਬੰਦਾ ਸੌਂ ਵੀ ਜਾਂਦਾ ਇਹ ਉਦੋਂ ਵੀ ਤੁਰਿਆ ਫਿਰਦਾ। ਮਨ ਹਰ ਵੇਲੇ ਬੋਲਦਾ, ਮਨ ਚੁੱਪ ਨਹੀਂ ਕਰਦਾ। ਮੋਨੀ ਲੋਕਾਂ ਨੂੰ ਸਮਝਾਉਣ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ, ਕਹਿਣ ਲੱਗੇ ਕਰਮ ਕਾਂਡ ਹੈ, ਇਸ ਤਰ੍ਹਾਂ ਗੱਲ ਨਹੀਂ ਬਣਨੀ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਵਤਾਰ। ਚੁੱਪ ਰਹਿਣ ਦੇ ਨਾਲ ਗੱਲ ਨਹੀਂ ਬਣੇਗੀ। ਫਿਰ ਤੀਸਰੀ ਸਮੱਸਿਆ ਕੀ ਹੈ ਕਿ ਮਨ ਭੁੱਖਾ ਬੜਾ, ਬਹੁਤ ਭੁੱਖਾ, ਇਹ ਮਨ ਰੱਜਦਾ ਹੀ ਨਹੀਂ, ਜੋ ਮਰਜ਼ੀ ਇਹਨੂੰ ਦੇਈ ਜਾਓ ਕਦੇ ਨਹੀਂ ਰੱਜਦਾ। ਸਹਿਸ ਖੱਟੈ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਇਹਨੂੰ ਤ੍ਰਿਪਤੀ ਨਹੀਂ ਮਿਲਦੀ, ਜੋ ਮਰਜ਼ੀ ਦੇ ਜਾਈਏ, ਇੱਕ ਮੰਗ ਪੂਰੀ ਹੋ ਗਈ ਹੈ ਹੋਰ ਦਸਾਂ ਨੂੰ ਜਨਮ ਦੇ ਜਾਏਗੀ, ਦਸ ਪੂਰੀਆਂ ਹੋ ਗਈਆਂ ਸੌ ਨੂੰ ਜਨਮ ਦੇ ਗਈਆਂ, ਜੇ ਸੌ ਪੂਰੀ ਹੋ ਜਾਏ ਤਾਂ ਹਜ਼ਾਰ ਨੂੰ ਜਨਮ ਦੇ ਜਾਂਦੀ, ਇੰਨੀ ਉਮਰ ਹੀ ਨਹੀਂ ਹੁੰਦੀ ਬੰਦੇ ਦੀ, ਇੰਨੀ ਆਰਜ਼ਾ ਹੀ ਨਹੀਂ ਹੈ ਕਿ ਸਾਰੀਆਂ ਮੰਗਾਂ ਸਾਡੀਆਂ ਪੂਰੀਆਂ ਹੋ ਜਾਣ। ਲੇਕਿਨ ਮਨੁੱਖ ਦੀ ਜਿਹੜੀ ਮੰਗ ਹੈ ਉਹ ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ। ਤਾਂ ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਦਾ ਮਨ ਜਿਹੜਾ ਨਾ ਇੰਨਾ ਭੁੱਖਾ, ਇਹਨੂੰ ਕੋਈ ਰਜਾ ਨਹੀਂ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਜਿੰਨੀ ਦੇਰ ਸੰਤੋਖ ਨਾ ਆਵੇ ਮਨੁੱਖ ਰੱਜ ਨਹੀਂ ਸਕਦਾ। ਇੱਕ ਵਾਰੀ ਨਾ ਇੱਕ ਰਾਜਾ ਇੱਕ ਫਕੀਰ ਕੋਲ ਚਲਾ ਗਿਆ ਅਤੇ ਕਹਿਣ ਲੱਗਾ, ਫਕੀਰ ਸਾਈਂ ਮੈਂ ਪਹਿਲੀ ਵਾਰੀ ਤੇਰੇ ਕੋਲ ਆਪ ਚੱਲ ਕੇ ਆਇਆ, ਜੇ ਮੈਂ ਚਾਹੁੰਦਾ ਤਾਂ ਸਿਪਾਹੀ ਭੇਜ ਕੇ ਤੈਨੂੰ ਮੰਗਾ ਸਕਦਾ ਸਾਂ। ਉਸਨੇ ਕਿਹਾ ਗੱਲ ਕੀ ਹੈ? ਕਹਿਣ ਲੱਗਾ ਵੀ ਮੇਰੇ ਅੰਦਰ ਨੂੰ ਤ੍ਰਿਪਤੀ ਨਹੀਂ ਮਿਲਦੀ, ਰਾਜ ਭਾਗ ਬਹੁਤ ਹੈ, ਜੇ ਚਾਹਵਾਂ ਤਾਂ ਹੋਰ ਵੀ ਮੈਂ ਰਾਜ ਭਾਗ ਵਧਾ ਸਕਣਾ, ਪਰ ਅੰਦਰ ਨੂੰ ਸੰਤੋਖ ਨਹੀਂ ਹੈ, ਤ੍ਰਿਪਤੀ ਨਹੀਂ ਹੈ। ਉਸਨੇ ਕਿਹਾ ਕਿਸੇ ਦਿਨ ਤੇਰੇ ਸਵਾਲ ਦਾ ਜਵਾਬ ਜ਼ਰੂਰ ਦਿਆਂਗੇ। ਇਹ ਕਹਿਣ ਲੱਗਾ ਮੈਨੂੰ ਭੁੱਖ ਅੱਜ ਲੱਗੀ ਹੈ ਅਤੇ ਪ੍ਰਸ਼ਾਦਾ ਛਿਆਂ ਮਹੀਨਿਆਂ ਨੂੰ ਛਕਾਂ,
प्यास अज लगी है तो पानी फिर पिया, ये नहीं हो सकता, मैनू अज ही जवाब चाहिए। उसने कहा ठीक है, फिर मैं जो करांगा ना तू वेखना है, तू बोलना नहीं। इस नौजवान राजे ने कहा ठीक है मैं नहीं बोलता। फकीर ने इसनू नाल लिया तो एक खूह ते लै गया, उत्थे जा के एक बाल्टी लई, रस्सा लिया, बाल्टी नाल बन्ह के रस्से दे बाल्टी ते खूह विच सुट दित्ती। जदों बाहर कढ़ी तो बाल्टी खाली सी, इन्हें फिर खूह विच सुटी, फिर बाहर कढ़ी बाल्टी खाली है। जदों 10-15 वारी इन्हें इस तरह किया ना, तो राजे को ना ही रहा गया। कहन लगा फकीर साई मैं तेरे नाल वादा किया सी बोलना नहीं, पर मैनू मजबूरन बोलना पै रहा है। वह कहन लगा क्यों? कहन लगा जिहड़ी बाल्टी तू बार बार सुटना है ना, तू सारी जिंदगी भी लगा रवे बाल्टी नहीं, इहदे नाल पानी निकलना। उसने कहा क्यों नहीं निकलना? कहन लगा इस बाल्टी का तो थला ही कोई नहीं, जिहदे नाल तू पानी कढ़ना है, इहदा थला ही कोई नहीं। तो फकीर हस के कहन लगा सजना तेरे सवाल का जवाब भी यही है, जिन्नी देर तेरे को संतोख रूपी थला कोई नहीं ना, उन्नी देर तेनू तृप्ति कदे भी नहीं मिल सकती। बिना संतोख नहीं को राजै, सुपन मनोरथ बिरथे सब काजै। पर मनुख का मन जड़ा है ये बड़ा भुख है। कहिंदे ने एक बारी एक राजा हाथी ते चढ़िया जा रहा सी, ते सामने रस्ते विच एक फकीर बैठा है। हुण जो बंदे को ताकत होवे ते हौमे अपने आप ही आ जाती है। सिपाहियां नूं कहन लगा इस भिखारी नूं परे करो, ये रस्ते विच क्यों बैठा है, इनू पता नहीं राजे की सवारी आ रही है, इनू एक साइड ते करो। इस फकीर ने भी सुनिया, जदों सिपाहियां ने उन्हूं फड़िया ते राजे नूं संबोधन करके कहन लगा राजन मैं भिखारी नहीं, मैं ते एक नजूमी हाँ, मैं ते नजूमी हाँ, मैं ते तेरे मत्थे दियां रेखा पिया पढ़दा सां, और तू जो कहे मैं तेनू दे सकना, इन्नी ताकत मैं रखना, तू जो भी कहे मैं तेनू दे सकना। उसने कहा अच्छा वो किवें? कहन लगा मैनू हाथी दे उपर बैठना पएगा, तेनू थले धरती ते खड़ा होना पएगा। हुण इन्ना लालच विच आया कि छेती नाल हाथी तो उतर के थले आ गया, ते कहन लगा फकीर साईं तू हाथी ते बैठ जा, जिन्नू पहला भिखारी कह रहा सी ना, हुण कहन लगा फकीर साईं तू बैठ हाथी ते। अपना हाथी दे दिता उन्हूं बैठण वास्ते। ये फकीर हाथी दे उपर बैठ गया, कुछ समा बैठा रहा। इसने कहा फकीर साईं कुछ पा मेरी झोली विच। कहन लगा तू झोली अड। इन्हें झोली अड्डी, कुछ समा चुप रहा, तो उस तो बाद ये फकीर बोलिया, कहन लगा राजन तू मैनू भिखारी आख्या सी ना, तो मैं तेनू ये गल दसनी चाहता सां कि सब तो वड्डा भिखारी तू है दुनिया का, जिहड़ा एक भिखारी दे अगे भी झोली अड के खड़ा है। कहन लगा एक भिखारी दे अगे तू झोली अड के खड़ा है, तेरे तो वड्डा दुनिया ते होर कोई मंगता हो ही नहीं सकता। गुरु सवारियो मनुख दी अंदर दी जिहड़ी तृष्णा है ये बार बार मंग करदी है। ते मेरे साहब जी ने ना इत्थे बड़ा प्यारा बचन कहा, कहिंदे ने भुख्या भुख ना उतरी जे बन्ना पुरिया पार। ये क्यों शब्द कहने पे? क्योंकि जिहड़े वाम मार्गी सन ना, इन्हां दी एक विचारधारा सी कि मन जो भी मंगदा इहनूं दे ही जाओ, जो मंगदा इहनूं दिओ, जदों ये तृप्त हो जाएगा तो उस तो बाद इहनूं परमात्मा वाले पासे ला दिओ। उन्हां दे आश्रम उन्हां दे स्थान दुराचार दे अड्डे ते बन के रह गए, पर इस मन नूं कोई रजा ना सकिया। पातशाह जी ने कहा भुख्या भुख ना उतरी जे बन्ना पुरियां पार, सहस सियाणपां लख होहे एक ना चले ना। ये चौथी समस्या है कि मन मूर्ख बड़ा है, ये परमात्मा की होंद तो भी इनकारी है, अपनी सियाणप चतराई तो बड़ा कम लैंदा है। और अज मैं वेखदा कि जो कुछ साढ़े साइंसदान कर रहे हैं ये नाल गुरु सवारियो कुदरत की करोपी तो नहीं बचा जा सकता।
जो अज मनुखता कर रही है ना, आ दूर क्यों जाओ, आ साढ़े हत्थां विच अज मोबाइल आ गया। मोबाइल जिहड़ा ना जी, ये है तो साढ़े फायदे वास्ते सी, पर कोई भी चीज़ जिहड़ी जदों तुसी उहदा एक्सेस वरतों दी करदे हो ना, वो तुहाडे वास्ते नुकसानदायक हुंदी है। दूर क्यों जाओ, जे बंदा पानी ना मिले तो बंदा मर जांदा, पर जे लोड़ तो ज़्यादा भी पानी पी लवे तां भी मर जांदा। प्रशादा ना मिले तो भी जिंदा नहीं रह सकता, तो जे लोड़ तो ज़्यादा छक लवे तो भी जिंदा नहीं रहिंदा। पर अज तो मैं वेख्या कि अज साडे इन्ने असी अधीन हो गए हैं मोबाइल दे कि साडी सुरती जिहड़ी है ना होर किसी पासे जांदी नहीं। अमृत वेले उठदे आ सार वाहिगुरू का नाम तो मूँह चो नहीं निकलता, पर पहला ये वेखदा कि केड़े केड़े मैसेज आ जाए ने। ये साड़ी अज हालत हो गई है। पर मेरे साहब जी कहिंदे ने, जिन्ना मर्जी मनुख सियाणा हो जाए चतराइयां करे, पर गल नहीं बनती, सहस सियाणपां लख होए एक ना चले नाल। फिर कहिंदे ने मनुख आया किस वास्ते, सचियार होने वास्ते आया सी, परमात्मा नूं मिलन आया सी। किव सचियारा होई है, किव कूड़े टुटे पाल, ये जिहड़ी कूड़ दी दीवार विच बनी है ये किवें टुटे। साहब जी कहिंदे ने, हुक्म रजाई चलना नानक लिखिया नाल। कहिंदे ने जिस दिन हुक्म विच तुरन दी जाच आ गई, जिस दिन भाणे विच रहण दी जाच आ गई, उस दिन उहदे नाल सांझ बनेगी। एक गल कह के मैं समाप्ति करा। देखो पातशाह जी एक सवाल करते ने, जप जी साहब अंदर ही तुसी रोज़ दे बाणी पढ़न वाले हो, हुण मेरे साहब जी एक सवाल करते ने कि फेर के अग्गे रखी है जित दिसै दरबार। कईयां ने तो यह कह दिता जी कि अग्गे भेटा कि रखनी है गुरु दे, पर असल विच भेटा नहीं। जदों तुसी हनेरे विच तुरदे हो ना, ते तुहानू रोशनी दी लोड़ पैंदी है, ते रोशनी केड़ी जिहड़ी तुसी अग्गे रख के तुरदे हो। कोई लालटेन अग्गे रख के तुरेगा, कोई टार्च अग्गे रख के तुरेगा, कोई होर दीवा लैके चलेगा वह भी अग्गे रख के तुरेगा। रोशनी वो जिहड़ी अग्गे, रात नूं गड्डी ड्राइव करने आ ते लाइट्स वो ऑन कीतियां जांदियां जिहड़ियां अग्गे ने। पातशाह जी कहिंदे ने फेर के अग्गे रखी है जित दिसे दरबार। कहिंदे ने किहड़ी चीज़ अग्गे रखेगा जिहदे नाल तैनूं दरबार दिस पवे, क्योंकि असीं मिलन वास्ते आए हैं ना। हुण किहड़ी चीज़ अग्गे रखनी है, क्यों अग्गे रखनी है, क्योंकि संसार हनेरा है। तुसीं पढ़दे हो तम संसार चरण लग तरी है, तम कहिंदे ने हनेरे नूं, सब नानक ब्रह्म पसारो। अंधियारे दीपक चाहिए एक वस्त अगोचर लही है। ते असी ये भी पढ़ने हैं, संसार अंध गहेरा चहु दिस पसरियो है जम जेवरा। इस हनेरे संसार विच जे तू तुरना ते धन गुरु नानक देव महाराज जी कहिंदे ने अगे की रखेंगा, फेर के अगे रखी है जित दिसे दरबार। ते फिर एक सवाल होर कर दिता है, कहिंदे ने हुण जे तैनूं दरबार दिस पिया फिर उत्थे जा के मोहों कै बोलन बोलीए जित सुन धरे प्यार। जे दरबार दिस पिया तू उत्थे पहुँच गया, ते फिर उत्थे जा के बोल किहड़े बोलने ने जिन्हां नूं सुन के उस मालक दा तेरे नाल प्यार बन जाए। क्योंकि जे कोई बंदा अदालत विच चला जाए ना जी, ते उहनूं जज दे सामने गल ना करनी आए, अपना केस नहीं पेश करना आया, वो भावें सच्चा भी होवे झूठा होकर घर आ जाता है तो सच्चा सी, पर गल ही नहीं करनी आई, केस अपना पेश नहीं कर सकया, झूठा होकर घर आ गया। तो मैं भी बेनती करा कि बोल ही ने जेडे सज्जणा नूं दुश्मन बना देंदे ने, बोल ही ने जेडे दुश्मणा नूं सज्जण बना देंदे ने, है तो बोल ही ने। तो पातशाह जी कहिंदे ने तू किहड़े बोल बोलने ने जिन्हां नूं सुन के उस मालक दा तेरे नाल प्यार बन जाए। मूहों के बोलन बोलीए जित सुन तरे प्यार। ते पातशाह जी फिर आप जवाब देंदे ने, बाणी नूं ध्यान नाल पढ़ो ना, ते तुहानूं विच्चों ही सवाल मिलणगे ते जवाब भी मिलणगे।
ਹੁਣ ਪਾਤਸ਼ਾਹ ਜੀ ਕਹਿੰਦੇ ਨੇ ਦੋ ਤੇ ਸਵਾਲ ਹੋ ਗਿਆ ਤੇ ਆਪ ਜਵਾਬ ਦਿੰਦੇ ਨੇ, ਕਹਿੰਦੇ ਨੇ ਅੱਗੇ ਕੀ ਰੱਖਣਾ? ਕਹਿਣ ਲੱਗੇ ਅੰਮ੍ਰਿਤ ਵੇਲਾ ਅੱਗੇ ਰੱਖ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨੇ ਪਿਆਰਿਆ ਅੰਮ੍ਰਿਤ ਵੇਲਾ ਅੱਗੇ ਰੱਖ। ਅੱਜ ਸਾਡੀ ਡਿਕਸ਼ਨਰੀ 'ਚ ਅੰਮ੍ਰਿਤ ਵੇਲਾ ਨਹੀਂ ਰਿਹਾ, ਸੱਚ ਜਾਣਿਓ। ਇਹੀ ਕਾਰਨ ਹੈ ਕਿ ਅਸੀਂ ਅੰਮ੍ਰਿਤ ਨਾਲੋਂ ਵੀ ਟੁੱਟਦੇ ਜਾ ਰਹੇ ਹਾਂ, ਕਿਉਂਕਿ ਅੰਮ੍ਰਿਤ ਵੇਲੇ ਦੀ ਅੰਮ੍ਰਿਤ ਨਾਲ ਬੜੀ ਗਹਿਰੀ ਸਾਂਝ ਹੈ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ ਚੌਥੇ ਪਹਿਰੇ ਸੁਬਾਹ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਓ। ਅੰਮ੍ਰਿਤ ਵੇਲਾ ਦਾਸ ਦੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਨੂੰ ਇੱਕ ਵਾਰੀ ਕਿਸੇ ਨੇ ਪੁੱਛ ਲਿਆ, ਕਹਿਣ ਲੱਗੇ ਗਿਆਨੀ ਜੀ ਇਹ ਦੱਸੋ ਕਿ ਬੰਦੇ ਨੂੰ ਕਦੋਂ ਸੌਣਾ ਚਾਹੀਦਾ ਅਤੇ ਕਦੋਂ ਜਾਗਣਾ ਚਾਹੀਦਾ? ਉਹ ਕਹਿਣ ਲੱਗੇ ਪਿਆਰਿਆ ਕੋਈ ਫਲਾਸਫੀ ਘੋਟਣ ਦੀ ਲੋੜ ਨਹੀਂ, ਇੱਕੋ ਗੱਲ ਪੱਲੇ ਬੰਨ ਲੈ ਕਿ ਜਦੋਂ ਪੰਛੀ ਸੌਂਦੇ ਨੇ ਮਨੁੱਖ ਨੂੰ ਵੀ ਸੌਂ ਜਾਣਾ ਚਾਹੀਦਾ, ਜਦੋਂ ਪੰਛੀ ਜਾਗਦੇ ਨੇ ਮਨੁੱਖ ਨੂੰ ਵੀ ਜਾਗ ਪੈਣਾ ਚਾਹੀਦਾ। ਪੰਛੀਆਂ ਕੋਲ ਤਾਂ ਅੰਮ੍ਰਿਤ ਵੇਲਾ ਹੈ ਪਰ ਅੱਜ ਸਾਡੇ ਕੋਲ ਨਹੀਂ ਰਿਹਾ। ਇੱਕ ਬਿਰਧ ਮਾਤਾ ਕਹਿ ਰਹੀ ਸੀ, ਗਿਆਨੀ ਜੀ ਅਰਦਾਸ ਕਰੋ ਅੰਮ੍ਰਿਤ ਵੇਲੇ ਦਾ ਜਾਗਣਾ ਮਿਲ ਜਾਏ। ਮੈਂ ਕਿਹਾ ਮਾਂ ਤੂੰ ਇਹ ਅਰਦਾਸ ਕਰਾ ਕਿ ਤੈਨੂੰ ਸਮੇਂ ਸਿਰ ਸੌਣਾ ਮਿਲ ਜਾਏ। ਜੇ ਅੱਧੀ ਰਾਤ ਤੱਕ ਸਾਸ ਵੀ ਕਭੀ ਬਹੂ ਥੀ ਨਾਟਕ ਹੀ ਵਹਿੰਦੀ ਰਹੀ ਤਾਂ ਸਵੇਰੇ ਨਹੀਂ ਉੱਠਿਆ ਜਾਣਾ। ਔਰ ਇਹ ਹਕੀਕਤ ਹੈ, ਅੱਜ ਸਾਡੇ ਕੋਲ ਸਮਾਂ ਨਹੀਂ ਰਿਹਾ। ਤੋ ਕਹਿੰਦੇ ਨੇ ਅੰਮ੍ਰਿਤ ਵੇਲਾ ਤੂੰ ਅੱਗੇ ਰੱਖ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਬੋਲ ਬੋਲਣੇ ਨੇ। ਸਵਾਲ ਇਹ ਨਾ ਮੂੰਹੋਂ ਕੇ ਬੋਲਣ ਬੋਲੀਏ। ਕਹਿੰਦੇ ਨੇ ਅੱਗੇ ਰੱਖ ਅੰਮ੍ਰਿਤ ਵੇਲਾ ਅਤੇ ਸੱਚੇ ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕਰ। ਭਾਵ ਕੀ ਹੈ ਕਿ ਉਹਦੀ ਸਿਫਤ ਸਲਾਹ ਕਰ, ਅਤੇ ਜਿਹਨੂੰ ਸਿਫਤ ਸਲਾਹ ਕਰਨ ਦੀ ਜਾਚ ਆ ਜਾਏ ਨਾ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਸੱਚਾ ਸਾਹਿਬ ਸਿਫਤ ਸਵਾਲਿਓਨ ਜਿਨ ਕੀਤੀ ਸੋ ਪਾਰ ਪਿਆ। ਉਹਦਾ ਤਾਂ ਜਨਮ ਮਰਨ ਹੀ ਕੱਟਿਆ ਜਾਂਦਾ ਜਿਹਨੂੰ ਸਿਫਤ ਸਲਾਹ ਕਰਨ ਦੀ ਜਾਚ ਆ ਜਾਏ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ, ਉਹਦੇ ਗੀਤ ਗਾਏ ਨੇ। ਗੁਰੂ ਨਾਨਕ ਨੇ ਕਿਤੇ ਧੂਣੇ ਨਹੀਂ ਤਪਾਏ, ਕਿਤੇ ਜਲ ਧਾਰੇ ਨਹੀਂ ਕੀਤੇ। ਗੁਰੂ ਨਾਨਕ ਨੇ ਕਿਤੇ ਹੋਰ ਕਰਮ ਕਾਂਡ ਨਹੀਂ ਕੀਤੇ, ਨਾ ਹੀ ਯੋਗ ਕੀਤਾ, ਅਤੇ ਫਿਰ ਕੀਤਾ ਕੀ ਹੈ? ਗੁਰੂ ਨਾਨਕ ਨੇ ਕੇਵਲ ਗਾਵਿਆ, ਪਰਮਾਤਮਾ ਨੂੰ ਗਾਇਆ ਗੁਰੂ ਨਾਨਕ ਨੇ, ਔਰ ਇੰਨੇ ਪ੍ਰਾਣਾਂ ਦੇ ਨਾਲ ਗਾਇਆ ਕਿ ਉਹਨਾਂ ਦਾ ਗਾਣਾ ਹੀ ਯੋਗ ਬਣ ਗਿਆ, ਗਾਣਾ ਹੀ ਜਪ ਬਣ ਗਿਆ, ਗਾਣਾ ਹੀ ਤਪ ਬਣ ਗਿਆ। ਅਤੇ ਬਾਣੀ ਦੀ ਪੰਗਤੀ ਵੀ ਤੁਸੀਂ ਪੜ੍ਹਦੇ ਹੋ, ਯੋਗ ਬਣਿਆ ਤੇਰਾ ਕੀਰਤਨ ਗਾਈ। ਬਸ ਉਹਦੀ ਕੀਰਤੀ ਕਰਨੀ, ਉਹਦੀ ਸਿਫਤ ਸਲਾਹ ਕਰਨੀ, ਇਹੀ ਸਾਡਾ ਮਨੋਰਥ ਹੈ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਇਹ ਸਿਫਤ ਸਲਾਹ ਕਰਨ ਦੀ ਸਾਨੂੰ ਵੀ ਕਿਤੇ ਜਾਚ ਆ ਜਾਏ, ਫਿਰ ਇਹ ਲੋਕ ਸੁਖੀਏ। ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਏਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇੱਥੋਂ ਦੇ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਉਚੇਚੇ ਤੌਰ 'ਤੇ ਆਵਾਜ਼ ਮਾਰ ਕੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ। ਆਪ ਸਭ ਸੰਗਤਾਂ ਦਾ ਧੰਨਵਾਦ, ਚੜ੍ਹਦੀ ਕਲਾ ਟਾਈਮ TV ਦਾ ਧੰਨਵਾਦ, ਜਿਨ੍ਹਾਂ ਨੇ ਸਾਰੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਕਰਕੇ ਸਾਰੇ ਜਗਤ ਦੇ ਸਾਹਮਣੇ ਰੱਖਣੀ ਹੈ। ਔਰ ਮੈਂ ਧੰਨਵਾਦੀ ਹਾਂ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਬੜਾ ਵੱਡਾ ਇਹ ਪ੍ਰੋਗਰਾਮ ਉਲੀਕਿਆ ਔਰ ਥਾਂ ਥਾਂ 'ਤੇ ਜਾ ਕੇ ਇਹ 35-36 ਦਿਨਾਂ ਦਾ ਇਹ ਸਾਰਾ ਯਾਤਰਾ ਹੈ ਜਿਹਦੇ ਵਿੱਚ ਗੁਰ ਸ਼ਬਦ ਪ੍ਰਚਾਰ ਯਾਤਰਾ, ਗੁਰੂ ਦੇ ਸ਼ਬਦ ਦਾ ਪ੍ਰਚਾਰ ਥਾਂ ਥਾਂ 'ਤੇ ਜਾ ਕੇ ਕੀਤਾ ਜਾਏ, ਔਰ ਸਾਨੂੰ ਪਤਾ ਲੱਗੇ ਕਿ ਜਿਸ ਪਾਤਸ਼ਾਹ ਦੀ ਅਸੀਂ ਸ਼ਤਾਬਦੀ ਮਨਾ ਰਹੇ ਹਾਂ ਉਸ ਮਾਲਕ ਨੇ ਸਾਨੂੰ ਦਿੱਤਾ ਕੀ ਹੈ। ਬਹੁਤ ਧੰਨਵਾਦ। ਆਓ ਉਹਨਾਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰੀਏ, ਇੱਕ ਜਕਾਰੇ ਦੇ ਨਾਲ ਸਵਾਗਤ ਕਰੀਏ ਜੀ। ਬੋਲੇ ਸੋਨਿਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।